ਸਵਰਜਨ ਬੈਲੀ ਕੌਣ ਸੀ, ਕਦੋਂ ਪੈਦਾ ਹੋਇਆ, ਇਸਨੇ ਕੀ ਵਾਕੇ ਕੀਤੇ, ਇਸ ਬਾਰੇ ਹੀ ਗੱਲ ਕਰਾਂਗੇ। ਐਨੀਮਲ ਮੂਵੀ ਦੇ ਵਿੱਚ ਤੁਸੀਂ ਅਰਜਨ ਬੈਲੀ ਗਾਣਾ ਜ਼ਰੂਰ ਸੁਣਿਆ ਹੋਵੇਗਾ, ਜੋ ਕਿ ਅੱਜ ਕੱਲ੍ਹ ਬਹੁਤ ਚਰਚਾ ਦੇ ਵਿੱਚ ਚੱਲ ਰਿਹਾ। ਸੋ ਇਸ ਬਾਰੇ ਹੀ ਅੱਜ ਆਪਾਂ ਗੱਲ ਕਰਨ ਵਾਲੇ ਹਾਂ। ਸੋ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਪੰਜਾਬ ਮਿਡ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਤੇ ਬਾਲੀਵੁੱਡ ਵਿੱਚ ਇੱਕ ਨਵੀਂ ਆ ਰਹੀ ਮੂਵੀ ਐਨੀਮਲ ਦੇ ਇੱਕ ਗਾਣੇ ਨੇ ਬਹੁਤ ਹੀ ਤਹਿਲਕਾ ਮਚਾਇਆ ਹੋਇਆ, ਜਿਸ ਗਾਣੇ ਦਾ ਨਾਮ ਹੈ ਅਰਜਨ ਬੈਲੀ। ਅਰਜਨ ਬੈਲੀ ਪੰਜਾਬ ਦਾ ਲੋਕ ਨਾਇਕ ਹੈ। ਸੋ ਕਿਵੇਂ ਇੱਕ ਸਧਾਰਨ ਨੌਜਵਾਨ ਅਰਜਨ ਸਿੰਘ ਦੇ ਨਾਲ ਬੈਲੀ ਸ਼ਬਦ ਜੁੜਿਆ। ਅੱਜ ਦੇ ਸਮੇਂ ਬੈਲੀ ਸ਼ਬਦ ਨੂੰ ਮਾੜਾ ਬਣਾ ਦਿੱਤਾ ਗਿਆ ਹੈ, ਪਰ ਬੈਲੀ ਅਸਲ ਵਿੱਚ ਅਣਖ ਖਾਤਰ ਲੜਨ ਵਾਲਾ ਹੁੰਦਾ ਸੀ। ਸਭ ਤੋਂ ਪਹਿਲਾਂ ਅਰਜਨ ਬੈਲੀ ਦਾ ਜ਼ਿਕਰ ਪੁੱਤ ਜੱਟਾਂ ਦੇ ਫਿਲਮ ਦੇ ਗੀਤ ਵਿੱਚ ਸੁਣਨ ਨੂੰ ਮਿਲਿਆ ਸੀ। ਅਰਜਨ ਸਿੰਘ ਦਾ ਜਨਮ ਅੰਦਾਜ਼ੇ ਅਨੁਸਾਰ 1876 ਦੇ ਕਰੀਬ ਦੱਸਿਆ ਜਾਂਦਾ ਹੈ, ਜੋ ਲੁਧਿਆਣੇ ਦੇ ਪਿੰਡ ਰੌੜਕਾਂ ਨੂੰ ਬਿਲੋਂਗ ਕਰਦਾ ਸੀ। ਇਸ ਦਾ ਜੁੱਸਾ 6 ਫੁੱਟ ਤੋਂ ਵੱਧ ਦੱਸਿਆ ਜਾਂਦਾ ਹੈ। ਅਰਜਨ ਦੇ 2 ਭਰਾ ਹੋਰ ਸੀ। ਸੋ ਉਸ ਸਮੇਂ ਅਰਜਨ ਅਤੇ ਉਸਦੇ ਭਰਾ ਪਸ਼ੂਆਂ ਨੂੰ ਵੇਚਣ ਖਰੀਦਣ ਦਾ ਕੰਮ ਕਰਦੇ ਸੀ। ਇੱਕ ਵਾਰ ਜਦੋਂ ਇਹਨਾਂ ਦੀਆਂ ਬੱਕਰੀਆਂ ਖੋਹਣ ਲਈ ਕੁਝ ਡਾਕੂਆਂ ਨੇ ਇਹਨਾਂ 'ਤੇ ਹਮਲਾ ਕੀਤਾ ਤਾਂ ਅਰਜਨ ਸਿੰਘ ਅਤੇ ਉਸਦੇ ਭਰਾਵਾਂ ਨੇ ਇਹ ਬਦਮਾਸ਼ ਬਹੁਤ ਕੁੱਟੇ। ਸੋ ਅਰਜਨ ਹਰ ਸਮੇਂ ਆਪਣੇ ਨਾਲ ਗੰਡਾਸਾ ਰੱਖਦਾ ਸੀ ਅਤੇ ਇੱਥੋਂ ਹੀ ਗਾਣੇ ਵਿੱਚ ਗੰਡਾਸੇ ਵਾਲੀ ਗੱਲ ਆਈ ਅਤੇ ਇੱਥੋਂ ਦੇ ਆਸ ਪਾਸ ਦੇ ਪਿੰਡਾਂ ਵਿੱਚ ਫੈਲ ਗਿਆ ਕਿ ਅਰਜਨ ਸਿੰਘ ਹੋਰਾਂ ਨੇ ਬਦਮਾਸ਼ ਬਹੁਤ ਕੁੱਟੇ ਨੇ ਅਤੇ ਉਹ ਬਦਮਾਸ਼ ਪਿੰਡ ਵਾਲਿਆਂ ਨੂੰ ਵੀ ਬਹੁਤ ਤੰਗ ਕਰਦੇ ਸੀ, ਜਿਸ ਕਰਕੇ ਪਿੰਡ ਵਾਲੇ ਬਹੁਤ ਖੁਸ਼ ਹੋਏ। ਇਸ ਤਰ੍ਹਾਂ ਇਹਨਾਂ ਦੇ ਪਿੰਡ ਦੇ ਨੇੜੇ ਤੇੜੇ ਵੀ ਬਦਮਾਸ਼ਾਂ ਦਾ ਆਉਣਾ ਘੱਟ ਗਿਆ ਅਤੇ ਅਰਜਨ ਸਿੰਘ ਨੂੰ ਪਿੰਡ ਵਾਲਿਆਂ ਨੇ ਬੈਲੀ ਦਾ ਨਾਮ ਦੇ ਦਿੱਤਾ, ਕਿਉਂਕਿ ਇਹਨਾਂ ਤਿੰਨਾਂ ਨੇ 1 ਦਰਜਨ ਦੇ ਕਰੀਬ ਬਦਮਾਸ਼ ਕੁੱਟੇ ਸੀ। ਅਤੇ ਹੁਣ ਗੱਲ ਕਰਦੇ ਹਾਂ ਉਹ ਪ੍ਰਸਿੱਧ ਲੜਾਈ ਦੀ, ਜਿਸ ਬਾਰੇ ਪੁੱਤ ਜੱਟਾਂ ਦੇ ਗੀਤ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ। ਇਹ ਲੜਾਈ ਜਗਰਾਉਂ ਦੇ ਮਸ਼ਹੂਰ ਮੇਲੇ ਤੋਂ ਹੋਈ ਸੀ ਅਤੇ ਇਹ ਪੂਰੀ ਲੜਾਈ ਟਾਈਮ ਬੰਨ ਕੇ ਕੀਤੀ ਗਈ ਕਿ ਕਿਸ ਦਿਨ ਕਿੱਥੇ ਦੋਨੋਂ ਧਿਰਾਂ ਇਕੱਠੀਆਂ ਆਉਣਗੀਆਂ ਅਤੇ ਇਹ ਲੜਾਈ ਟਾਈਮ ਬੰਨ ਕੇ ਹੋਣ ਕਾਰਨ ਉੱਥੇ ਬਹੁਤ ਸਾਰੇ ਲੋਕਾਂ ਦਾ ਇਕੱਠ ਹੋ ਗਿਆ ਸੀ ਅਤੇ ਇੱਥੇ ਹੀ ਅਰਜਨ ਨੇ ਪੰਡੂਰੀ ਪਿੰਡ ਦੇ ਬਦਮਾਸ਼ਾਂ ਨੂੰ ਕੁੱਟਿਆ ਸੀ। ਇਸ ਦੌਰਾਨ ਉਸ ਨੇ ਕੌਂਕਿਆਂ ਦੇ ਮੋਦਨ ਅਤੇ ਡਾਂਗੂ ਪਿੰਡ ਦੇ ਮੁਨਸ਼ੀ ਨਾਲ ਮਿਲ ਕੇ ਉਹ ਬੰਦੇ ਕੁੱਟੇ ਸੀ। ਇਹਨਾਂ ਤਿੰਨਾਂ ਨੇ ਰਲ ਕੇ ਉਸ ਪਿੰਡ ਦੇ ਬੈਲੀ ਕੁੱਟੇ ਸੀ ਅਤੇ ਜਗਰਾਓ ਮੇਲੇ ਵਿੱਚ ਹੀ ਅਰਜਨ ਨੇ ਜਦੋਂ ਦੁਸ਼ਮਣਾਂ ਦੇ ਗੰਡਾਸਾ ਮਾਰਿਆ ਸੀ। ਸੋ ਉਹੀ ਲਾਈਨ ਐਨੀਮਲ ਮੂਵੀ ਦੇ ਗੀਤ ਵਿੱਚ ਗਾਈ ਗਈ ਹੈ ਅਤੇ ਦੱਸਿਆ ਜਾਂਦਾ ਹੈ ਕਿ ਅਰਜਨ ਕਿਸੇ ਗਰੀਬ ਨਾਲ ਧੱਕਾ ਹੁੰਦਾ ਨਹੀਂ ਚੱਲਦਾ ਸੀ। ਸੋ ਇੱਕ ਵਾਰ ਥਾਣੇਦਾਰ ਵੱਲੋਂ ਕਿਸੇ ਗਰੀਬ ਉੱਤੇ ਧੱਕਾ ਹੁੰਦਾ ਦੇਖ ਕੇ ਅਰਜਨ ਨੇ ਉਸ ਥਾਣੇਦਾਰ ਦੀ ਬਾਂਹ ਹੀ ਤੋੜ ਦਿੱਤੀ ਸੀ। ਸੋ ਇੱਕ ਚੜ੍ਹਦੀ ਜਵਾਨੀ, ਦੂਜਾ ਜੋਸ਼, ਤੀਜਾ ਬਦਮਾਸ਼ਾਂ ਦੇ ਨਾਲ ਲਾਗਡਾਟ, ਸੋ ਇਹਨਾਂ ਕਾਰਨਾਂ ਕਰਕੇ ਹੀ ਅਰਜਨ ਆਪਣੇ ਨਾਲ ਗੰਡਾਸਾ ਰੱਖਦਾ ਸੀ। ਸੋ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਹੀ ਐਨੀਮਲ ਮੂਵੀ ਦੇ ਵਿੱਚ ਇਹ ਲਾਈਨ ਪਾਈ ਗਈ, ਅਰਜਨ ਬੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ। ਪਰ ਤੁਹਾਨੂੰ ਦੱਸ ਦਈਏ ਕਿ ਇਹ ਲਾਈਨ ਸਿਰਫ ਇਸ ਗਾਣੇ ਵਿੱਚ ਹੀ ਨਹੀਂ, ਬਲਕਿ ਇਸ ਤੋਂ ਵੀ ਕਈ ਸਾਲ ਪਹਿਲਾਂ ਇੱਕ ਜੋ ਗਾਣਾ ਆ ਚੁੱਕਿਆ ਉਸ ਵਿੱਚ ਸੀ। ਮਤਲਬ ਇਹ ਗਾਣੇ ਦੀ ਮੇਨ ਹੁੱਕ ਲਾਈਨ ਅੱਜ ਪਹਿਲੀ ਵਾਰੀ ਇਸ ਗਾਣੇ ਵਿੱਚ ਨਹੀਂ ਆਈ, ਬਲਕਿ ਰੀਕ੍ਰੀਏਟ ਕੀਤੀ ਗਈ ਹੈ। ਪਹਿਲਾਂ ਵੀ ਇੱਕ ਗਾਣੇ ਦੇ ਵਿੱਚ ਆ ਚੁੱਕੀ ਹੈ ਅਤੇ ਇਹਨਾਂ ਨੇ ਪੰਜਾਬੀ ਸੂਬਾ ਮੋਰਚਾ ਵਿੱਚ ਵੀ ਆਪਣਾ ਯੋਗਦਾਨ ਪਾਇਆ। ਇਸ ਤੋਂ ਬਾਅਦ ਉਹ ਸਮਾਜਿਕ ਕੰਮਾਂ ਵਿੱਚ ਭਾਗ ਦੇਣ ਲੱਗ ਪਏ ਸੀ। 1947 ਦੀ ਵੰਡ ਦੇ ਸਮੇਂ ਅਰਜਨ ਨੇ ਬਹੁਤ ਸਾਰੇ ਮੁਸਲਿਮ ਲੋਕਾਂ ਨੂੰ ਬਹੁਤ ਹੀ ਮੁਸ਼ਕਲ ਨਾਲ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਸੀ ਅਤੇ ਇਸੇ ਤਰ੍ਹਾਂ 1947 ਦੀ ਵੰਡ ਸਮੇਂ ਅਰਜਨ ਸਿੰਘ ਨੂੰ ਉਸਦੇ ਮੁਸਲਿਮ ਦੋਸਤਾਂ ਨੇ ਆਪਣੇ ਪਸ਼ੂ ਅਤੇ ਹੋਰ ਗਹਿਣੇ ਰੱਖਣ ਲਈ ਦੇ ਦਿੱਤੇ ਤਾਂ ਕਿ ਬਾਅਦ ਵਿੱਚ ਉਹ ਸਹੀ ਸਮੇਂ 'ਤੇ ਲੈ ਜਾਣ। ਜਿਸ ਤੋਂ ਬਾਅਦ ਕਈ ਸਾਲਾਂ ਬਾਅਦ ਉਸਦੇ ਦੋਸਤ ਦਾ ਮੁੰਡਾ ਉਸ ਤੋਂ ਆਪਣਾ ਸਮਾਨ ਲੈਣ ਆਇਆ ਤਾਂ ਅਰਜਨ ਸਿੰਘ ਨੇ ਸਾਰਾ ਸਮਾਨ ਉਸੇ ਤਰ੍ਹਾਂ ਉਸਨੂੰ ਸੌਂਪ ਦਿੱਤਾ ਅਤੇ ਆਪਣਾ ਯੋਗਦਾਨ ਪੂਰਾ ਕੀਤਾ ਅਤੇ ਪਿੰਡ ਦੇ ਲੋਕ ਹੁਣ ਅਰਜਨ ਸਿੰਘ ਦੀ ਉਮਰ ਹੋਣ ਕਰਕੇ ਉਸਨੂੰ ਅਰਜਨ ਬਾਬਾ ਕਹਿਣ ਲੱਗੇ ਅਤੇ 1968 ਵਿੱਚ ਅਰਜਨ ਸਿੰਘ ਦਾ ਰਜਿੰਦਰਾ ਹੋਸਪਿਟਲ ਵਿੱਚ ਆਪਰੇਸ਼ਨ ਹੋਇਆ, ਜਿਸ ਦੇ ਟਾਂਕੇ ਪੱਕਣ ਕਾਰਨ ਇਨਫੈਕਸ਼ਨ ਹੋਣ ਕਰਕੇ ਅਰਜਨ ਸਿੰਘ ਦੀ 1968 ਵਿੱਚ ਮੌਤ ਹੋ ਗਈ ਅਤੇ ਹੁਣ ਜਿਉਣੇ ਮੌੜ ਅਤੇ ਸੁੱਚੇ ਸੂਰਮੇ ਦੀ ਤਰ੍ਹਾਂ ਅਰਜਨ ਬੈਲੀ ਵੀ ਸਾਡੇ ਲੋਕ ਨਾਇਕ ਦਾ ਹਿੱਸਾ ਬਣ ਗਿਆ ਅਤੇ ਦੱਸਿਆ ਜਾਂਦਾ ਅੱਜ ਵੀ ਅਰਜਨ ਸਿੰਘ ਦੀ ਪੀੜ੍ਹੀ ਕੈਨੇਡਾ ਵਿੱਚ ਰਹਿ ਰਹੀ ਹੈ। ਸੋ ਇਹ ਜੋ ਤੁਸੀਂ ਵੇਖਿਆ ਇਹ ਅਰਜਨ ਬੈਲੀ ਦਾ ਇੱਕ ਪੱਖ ਸੀ ਅਤੇ ਦੂਜਾ ਪੱਖ ਬਹੁਤ ਸਾਰੇ ਲੋਕ ਇਸ ਨੂੰ ਹਰੀ ਸਿੰਘ ਨਲੂਆ ਜੀ ਦੇ ਪੁੱਤਰ ਅਰਜਨ ਸਿੰਘ ਦੇ ਨਾਲ ਵੀ ਜੋੜਦੇ ਨੇ, ਜੋ ਕਿ ਹਰੀ ਸਿੰਘ ਨਲੂਆ ਦੇ ਚੌਥੇ ਸਭ ਤੋਂ ਛੋਟੇ ਪੁੱਤਰ ਸੀ। ਉਹਨਾਂ ਨੇ ਵੀ ਬਹੁਤ ਸਾਰੀਆਂ ਲੜਾਈਆਂ ਲੜੀਆਂ ਨੇ। ਸੋ ਉਹਨਾਂ ਦਾ ਪੱਖ ਵੀ ਅਸੀਂ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਦੇ ਹਾਂ। ਅਰਜਨ ਸਿੰਘ ਨੇ ਅੰਗਰੇਜ਼ੀ ਹਕੂਮਤ ਨਾਲ ਮੱਥਾ ਲਾਇਆ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕਵਰ ਨੌ ਨਿਹਾਲ ਸਿੰਘ ਦੇ ਬਹੁਤ ਖਾਸ ਸੀ ਅਤੇ ਇਹ ਆਪਣੇ ਇਲਾਕੇ ਦੀਆਂ ਜਗੀਰਾਂ ਵਸੂਲਦੇ ਸੀ ਅਤੇ ਲੁਧਿਆਣੇ ਦੇ ਕੌਂਕੇ ਜ਼ਿਲ੍ਹੇ ਵਿੱਚ ਇੱਕ ਕਿਲ੍ਹੇ ਵਿੱਚ ਰਹਿ ਰਹੇ ਸੀ। ਜਦੋਂ ਅੰਗਰੇਜ਼ਾਂ ਨੇ ਇਹਨਾਂ ਤੋਂ ਜਗੀਰਦਾਰੀ ਖੋਹਣ ਲਈ ਇਹਨਾਂ 'ਤੇ ਹਮਲਾ ਕੀਤਾ ਤਾਂ ਅਰਜਨ ਸਿੰਘ ਨਲੂਆ ਨੇ ਗੋਰਿਆਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁਝ ਸਮੇਂ ਬਾਅਦ ਜਦੋਂ ਗੋਲੀਆਂ ਖਤਮ ਹੋ ਗਈਆਂ ਤਾਂ ਦੱਸਿਆ ਜਾਂਦਾ ਕਿ ਅਰਜਨ ਸਿੰਘ ਨੂੰ ਉੱਥੇ ਇੱਕ ਗੰਡਾਸੀ ਮਿਲ ਗਈ ਅਤੇ ਉਸਨੇ ਕਿਲ੍ਹੇ ਤੋਂ ਬਾਹਰ ਆ ਕੇ ਗੰਡਾਸੀ ਨਾਲ ਗੋਰਿਆਂ 'ਤੇ ਹਮਲਾ ਕਰ ਦਿੱਤਾ ਅਤੇ ਸਾਰੇ ਗੋਰੇ ਭਜਾ ਦਿੱਤੇ। ਇਸ ਤੋਂ ਬਾਅਦ ਉਹ ਸਿੱਖ ਫੌਜ ਵਿੱਚ ਭਰਤੀ ਹੋ ਗਿਆ ਅਤੇ ਦੂਜੀ ਐਗਲੋ ਸਿੱਖ ਲੜਾਈ ਵਿੱਚ ਉਹ ਸ਼ਹੀਦੀ ਪਾ ਗਈ ਸੀ। ਪਰ ਇਹ ਕਹਾਣੀ ਬਹੁਤ ਹੱਦ ਤੱਕ ਗਲਤ ਸਾਬਤ ਹੁੰਦੀ ਹੈ, ਕਿਉਂਕਿ ਹਰੀ ਸਿੰਘ ਨਲੂਆ ਜੀ ਦੇ ਪੁੱਤਰ ਦੇ ਨਾਮ ਨਾਲ
खालसा लगता सी ना के बैली। बैली शब्द बहुत समय तो बाद प्रचलित होया सी जदों सुच्चा सूरमा ते जौना मौड वर्गे बंदे सामने आए सी। जिस अर्जन बैली दा नाम गीत विच लिया गया है वह अर्जन बैली पंजाब दा लोक नायक सी, जिवें जौना मौड, सुच्चा सूरमा इस तरह दा। अपने चंगे कम्मां कारण ही अर्जन सिंह दा नाम अज दे समय गीतां विच लिया जांदा है। पहले समयां विच अर्जन सिंह दा नाम पंजाब दीआं बोलियां विच वी लिया जांदा सी। सो तुसीं आप सोच के देखो कि हरी सिंह नलुआ जी दे पुत्तर नाल अर्जन सिंह खालसा लगेगा या फिर अर्जन बैली लगेगा। ते साउथ फिल्मां दे डायरैक्टर ने पंजाब दे लोक नायक नूं चुणिया अपनी फिल्म दे गीत लई, ओह वी फुल फ्लैज पंजाबी दे विच, कोई भी शब्द हिंदी विच नहीं कीता गया। ये बहुत वड्डी गल है। इस गीत नूं पंजाबी गायक बलविंदर बब्बल ने गाया ते लिखिया है, जो कि मोहाली जिले दे पिंड निहोलके नूं बिलोंग करदे ने। इह गीत दा जॉनर ढाडी वार है। सो पंजाब दे लोक इस नूं चंगी तरह समझदे ने कि बार की चीज़ होंदी है। इस करके ही इस गाने नूं सुनन तों बाद लूं कंडे खड़े हो जांदे ने। इह गीत अर्जन सिंह दे जोर ते निडर एटीट्यूड नूं दिखाउंदा है। ते बाकी इह फिल्म 1 दसंबर नूं सिनेमिया विच आ ही गई है ते लोकां दा भरमा हुंगारा भी देखण नूं मिल गया। सो होर लोक नायकां दी तरह अर्जन बैली बारे भी बहुत लोक नहीं जाणदे, जो कि हुण इस गीत नाल ज़्यादा लोकां नूं पता लगेगा ते बॉलीवुड इंडस्ट्री नूं भी पंजाब ते पंजाबियों बारे पता लगेगा। सो पिछली वीडियो अर्जन बैली बारे बहुत सारी डिमांड आई, सो इस करके ये छोटी जी इनफॉरमेशन नूं थोड़े सामने लियाउणा सी, जरूरी समझिया। सो हुण अर्जन बैली बारे जिन्नी इनफॉरमेशन साडे कोल इकट्ठी हुई उह असीं एक छोटी जी वीडियो राहीं तुहानूं समझाउण दी कोशिश कीती है। सो हुण अपनी राय कमेंटां विच जरूर दिओ कि तुहानूं असली अर्जन बैली किहड़ी स्टोरी वाला लगदा है। सो जेकर तुहानूं इनफॉरमेशन वधिया लगी तां एक शेयर जरूर कर दिओ, तुहाडे एक शेयर नाल बहुत वड्डा प्रभाव पैंदा है। सो हर रोज़ मोटीवेशन दा डोज़ लैण लई सानूं फेसबुक, इंस्टाग्राम ते ट्विटर उत्ते फॉलो कर सकदे हो। सो नवें दोस्तां नूं बेनती है कि हो सके तां चैनल सबसक्राइब कर लिओ ते नाल नाल बैल दा बटन जरूर दबा लिओ, तां जो तुहाडी नवीं वीडियो तुहाडे कोल सब तों पहलां पहुँच सके। थैंक यू, धन्यवाद।